एक संतापे Yeah.
मन मेरे
धर्म भुलाया बाबा कबीर जी ना आज वाला शब्द यूं दिसता है जिवें जिंदगी दा संसार दा दारो मदार ही इस शब्द ते बाबा कबीर जी एक ऐसा सब्जेक्ट लेके संगत दे सामने आए ने रूबरू आए ने जिस शब्द नु समझना बहुत वैसे तो सारी बाणी समझने बिना नहीं चलता पर एक ऐसा लफज है जेड़ा दुनिया दा हर मनुख बड़ा सुनदा हर स्टेज ते धर्म दे खेत्र विच धर्म दी दुनिया विच हर प्रचारक दी जबान ते हर संत दी जबान ते असी सांझा करने पर की कारण है जो मैं आज इस शब्द नूं देखिया ते हैरान होना इंदा मतलब जेड़ा जिंदगी दा जीवन दा एक जरूरी हिस्सा जिंदे विच असी पैदा होए हां विच खत्म हो गए हां उस लफज नूं ही नहीं असी जान सकते ਸਾਨੂੰ ਜ਼ਰੂਰੀ ਹੋਵੇਗਾ ਉਹ ਲਫ਼ਜ਼ ਸਮਝਣਾ ਹੋ ਸਕਦਾ ਹੈ ਸ਼ਬਦ ਵੀ ਲੰਬਾ ਹੈ ਇਹਦੇ ਵਿੱਚ ਬੜਾ ਲੰਬਾ ਕੌਮੀ ਮਨੁੱਖੀ ਇਤਿਹਾਸ ਵੀ ਹੈ ਸੰਸਾਰੀ ਇਤਿਹਾਸ ਵੀ ਹੈ ਇਸ ਲਈ ਇਹਦੇ 'ਤੇ ਵੀ ਆਪਾਂ ਨੂੰ ਦੋਨੋਂ ਹੀ ਟਾਈਮ ਲੱਗ ਜਾਣ ਹੁਣ ਵਾਲਾ ਵੀ ਅਤੇ ਕੱਲ੍ਹ ਸਵੇਰ ਵਾਲਾ ਵੀ ਉਹ ਲਫ਼ਜ਼ ਹੈ ਮਾਇਆ ਬੜਾ ਪ੍ਰਚਲਿਤ ਲਫ਼ਜ਼ ਮਾਇਆ ਦਾ ਸ਼ਬਦ ਲਫ਼ਜ਼ ਦਿਨ ਰਾਤ ਸੁਣੀ ਮਾਇਆ ਤਿਆਗ ਦਿਓ ਮਾਇਆ ਵਿੱਚ ਫਸਿਆ ਹੋਇਆ ਗੱਲ ਵੀ ਗਲਤ ਨਹੀਂ ਬਾਬਾ ਕਬੀਰ ਜੀ ਨੇ ਵੀ ਇਸੇ ਲਈ ਆਖ ਦਿੱਤਾ ਬਲਕਿ ਇੱਥੋਂ ਤੱਕ ਮਨ ਨੂੰ ਮੁਖਾਤਬ ਕਰਕੇ ਗੁਰੂ ਅਮਰਦਾਸ ਸਾਹਿਬ ਨੇ ਪੌੜੀ ਆਈ ਸੀ ਅਨੰਦ ਸਾਹਿਬ ਦੇ ਉਹਦੇ ਵਿੱਚ ਗੁਰੂ ਅਮਰਦਾਸ ਸਾਹਿਬ ਨੇ ਮਨ ਨੂੰ ਮੁਖਾਤਬ ਕਰਕੇ ਇੱਕ ਚੈਲੰਜ ਕੀਤਾ ਕਹਿੰਦੇ ਨੇ ਉਹ ਮਨ ਹੈ ਤੂੰ ਆਪਣੇ ਆਪ ਨੂੰ ਬੜਾ ਚੰਚਲ ਸਮਝਦਾ ਮਨ ਚੰਚਲ ਬੜਾ ਚੰਚਲ ਸਮਝਦਾ ਤੂੰ ਪਲ ਵਿੱਚ ਇੱਥੇ ਹੈ ਪਲ ਵਿੱਚ ਉੱਥੇ ਹੈ ਤੈਨੂੰ ਕਿਸੇ ਸਵਾਰੀ ਦੀ ਲੋੜ ਨਹੀਂ ਕਿਸੇ ਹਵਾਈ ਜਹਾਜ਼ ਦੀ ਲੋੜ ਨਹੀਂ ਤੂੰ ਅੰਦਰ ਬੈਠਾ ਹੈ ਕੀ ਬੋਲਣਾ ਹੈ ਮਨੁੱਖ ਦੀ ਜ਼ਬਾਨ ਕੋਲੋਂ ਕੰਮ ਲਈ ਜਾਂਦਾ ਤੂੰ ਅੰਦਰ ਕੁਝ ਹੋਰ ਬੋਲ ਰਿਹਾ ਜਿਨ ਮਨ ਹੋਰ ਮੁੱਖ ਹੋਰ ਦੀ ਗੱਲ ਵੀ ਬਣਾ ਦਿੰਦਾ ਅੰਦਰ ਬੈਠਾ ਹੈ ਮੂੰਹ ਕੁਝ ਅਖਵਾ ਰਿਹਾ ਹੈ ਅੰਦਰੋਂ ਕੁਝ ਕਹਿ ਰਿਹਾ ਹੈ ਇੰਨਾ ਚੰਚਲ ਤੈਨੂੰ ਸਮਝਣਾ ਹੀ ਬੜਾ ਔਖਾ ਗੁਰੂ ਨੇ ਬਾਰ ਬਾਰ ਗੱਲ ਆਖੀ ਮਨ ਨੂੰ ਸਮਝਣਾ ਬੜਾ ਔਖਾ ਹੈ ਮਨ ਖੁੱਟ ਹਰ ਤੇਰਾ ਨਹੀਂ ਵਿਸ਼ਵਾਸ ਤੂੰ ਮਹਾਂ ਉਦਮਾਦਾ ਖਰ ਕਾ ਪਗ ਪੈਖਰ ਤੋਂ ਛੁੱਟੇ ਜੋ ਉੱਪਰ ਲਾਦਾ ਮਨ ਨੂੰ ਸਮਝਾਉਣ ਵਾਸਤੇ ਮਨ ਦੀ ਧਾਉਣੀ ਚੰਚਲਤਾ ਨੂੰ ਰੋਕਣ ਵਾਸਤੇ ਤਾਂ ਕਿ ਟਿਕ ਜਾਏ ਇੰਨੇ ਧਾਰਮਿਕ ਗ੍ਰੰਥ ਬਣ ਗਏ ਧਰਮ ਦਾ ਜਿੰਨਾ ਜਾਲ ਫੈਲਿਆ ਉਹ ਸਾਰਾ ਮਨ ਨੂੰ ਸਮਝਾਉਣ ਕਾਰਨ ਕਹਿਣ ਲੱਗੇ ਹੈ ਮਨ ਤੂੰ ਬੜਾ ਚੰਚਲ ਹੈ ਪਰ ਤੈਨੂੰ ਪਤਾ ਕੋਈ ਸਮਾਂ ਕੋਈ ਵਕਤ ਐਸਾ ਵੀ ਆਉਂਦਾ ਤੇਰੀ ਚੰਚਲਤਾ ਫੇਲ ਹੋ ਜਾਂਦੀ ਹੈ ਤੇਰੇ ਨਾਲੋਂ ਵੀ ਚੰਚਲ ਆ ਜਾਂਦਾ ਉਹ
ਤੈਨੂੰ ਆਪਣੇ ਜਾਲ ਵਿੱਚ ਫਸਾ ਲੈਂਦਾ ਹੈ, ਫਿਰ ਤੂੰ ਉਹਦੇ ਜਾਲ ਵਿੱਚੋਂ ਨਿਕਲ ਨਹੀਂ ਸਕਦਾ। ਸਾਰਾ ਕੁਝ ਬਾਣੀ ਵਿੱਚ ਹੈਰਾਨ ਹੁੰਦਾ। ਹੁਣ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਇੱਕ ਲਾਈਨ ਪੜ੍ਹੋ, ਕਹਿੰਦੇ ਛੱਡ ਕੇ ਭੱਜ ਜਾਂਦਾ। ਉਹ ਕੇਵਲ ਰਾਤ ਦੇ ਅੰਧੇਰੇ ਵਿੱਚ ਚੋਰੀ ਕਰ ਸਕਦਾ। ਇਸ ਤੋਂ ਮੈਂ ਆਖਿਆ ਡਾਕੂ ਇਹਦੇ ਉਲਟ ਹੈ, ਉਹ ਰਾਤ ਦੇ ਅੰਧੇਰੇ ਵਿੱਚ ਨਹੀਂ, ਉਹ ਦਿਨ ਦੇ ਚਾਨਣ ਵਿੱਚ ਜਾਂਦਾ, ਛਾਤੀ 'ਤੇ ਬੰਦੂਕ ਦੀ ਨਾਲ ਰੱਖਦਾ ਅਤੇ ਆਖਦਾ ਜੋ ਕੁਝ ਹੈ ਉਹ ਰੱਖ ਦੇ, ਤਿਜੋਰੀ ਦੀਆਂ ਚਾਬੀਆਂ ਮੇਰੇ ਹਵਾਲੇ ਕਰ, ਉਹਨੂੰ ਰਾਤ ਦੇ ਅੰਧੇਰੇ ਦੀ ਲੋੜ ਨਹੀਂ। ਠੱਗ ਬਹੁਤ ਖਤਰਨਾਕ
ਚੋਰ ਕੋਲ ਬਚਿਆ ਜਾ ਸਕਦਾ ਦੀਵਾਰਾਂ ਮਜ਼ਬੂਤ ਕਰਕੇ, ਕੋਈ ਪਹਿਰੇਦਾਰ ਰੱਖ ਕੇ। ਡਾਕੂ ਕੋਲ ਬਚਿਆ ਜਾ ਸਕਦਾ ਘਰ ਵਿੱਚ ਕੋਈ ਅਸਲਾ ਰੱਖ ਕੇ, ਕੋਈ ਪਹਿਰੇਦਾਰ ਰੱਖ ਕੇ, ਘਰ ਦੀਆਂ ਦੀਵਾਰਾਂ ਮਜ਼ਬੂਤ ਕਰਕੇ। ਪਰ ਕਿਹੜੀ ਅਜੀਬ ਗੱਲ ਹੈ, ਠੱਗ ਸਭ ਤੋਂ ਖਤਰਨਾਕ ਹੈ। ਉਹ ਭਰਾ ਬਣ ਜਾਂਦਾ, ਨੇੜੇ ਹੋ ਕੇ ਮਿੱਤਰ ਬਣ ਜਾਂਦਾ। ਉਹ ਜਿਹਨੂੰ ਲੁੱਟਦਾ ਉਹਨੂੰ ਪਤਾ ਵੀ ਨਹੀਂ ਲੱਗਦਾ, ਇੰਨਾ ਨੇੜੇ ਹੋ ਜਾਂਦਾ ਕਿ ਉਹ ਮਾਲਕ ਘਰ ਦੀਆਂ ਚਾਬੀਆਂ ਆਪੇ ਉਹਨੂੰ ਦੇ ਦਿੰਦਾ, ਲੈ ਮੈਂ ਚੱਲਿਆ ਦੋ ਦਿਨ ਬਾਅਦ ਮੇਰੇ ਘਰ ਦੀ ਚਾਬੀ ਤੇਰੇ ਕੋਲ। ਉਹਨੂੰ ਨਹੀਂ ਪਤਾ ਆਉਂਦਿਆਂ ਤੱਕ ਘਰ ਵਿੱਚ ਕੁਝ ਰਹਿਣਾ ਹੈ ਕਿ ਨਹੀਂ ਰਹਿਣਾ। ਤੁਹਾਨੂੰ ਹੀ ਘਰ ਲੁੱਟਣ ਵਾਲੇ ਨੇ। ਪਰ ਤਿੰਨਾਂ ਵਿੱਚੋਂ ਸਭ ਤੋਂ ਜ਼ਿਆਦਾ ਖਤਰਨਾਕ ਠੱਗ ਹੈ। ਕਿਉਂ? ਕਿਉਂਕਿ ਉਹ ਭੁਲੇਖਾ ਪਾਉਂਦਾ, ਭੁਲੇਖਾ ਪਾਉਂਦਾ। ਤੇ ਜਿਹੜਾ ਮਨੁੱਖ ਭੁਲੇਖਾ ਪਾਵੇ, ਅਸੀਂ ਪਖੰਡ ਤੋਂ ਦੂਰ ਕਿਉਂ ਗਏ? ਕਿਉਂਕਿ ਭੁਲੇਖਾ ਪਾਉਂਦਾ। ਜਿਹੜੀ ਚੀਜ਼ ਵੀ ਮਿੱਤਰ ਦਾ ਭੁਲੇਖਾ ਪਾਵੇ, ਗੁਰੂ ਦਾ ਭੁਲੇਖਾ ਪਾਵੇ, ਉਹ ਸਮਝੋ ਸਭ ਤੋਂ ਵੱਡਾ। ਉਹਦੇ ਕੋਲ ਬਚਣ ਦੀ ਬਹੁਤ ਮੁਸ਼ਕਲ ਹੈ ਔਰ ਜ਼ਰੂਰਤ ਹੈ, ਉਹਦੇ ਕੋਲ ਬਚਣਾ ਚਾਹੀਦਾ। ਕਿਉਂਕਿ ਠੱਗ ਕੋਲੋਂ ਬਚਣਾ ਔਖਾ ਹੈ। ਇੱਥੇ ਮਾਇਆ ਨੂੰ ਇਹੋ ਨਾਮ ਦਿੱਤਾ ਹੈ। ਕਿਹਾ ਐਸੀ ਠਗਾਰੀ ਪਾਏ ਭੁਲਾ, ਸਭ ਕੁਝ ਬਰਬਾਦ ਕਰ ਰਹੀ ਹੁੰਦੀ ਹੈ। ਉਹ ਕਹਿੰਦੇ ਇਹਦੇ ਵਰਗਾ ਮੇਰਾ ਮਿੱਤਰ ਹੀ ਕੋਈ ਨਹੀਂ। ਮਨ ਸਭ ਕੇ ਲਾਗੇ ਮਿੱਠੀ, ਉਹਦੀ ਠਗੋਰੀ ਹੀ ਮਨੁੱਖ ਨੂੰ ਸਭ ਤੋਂ ਮਿੱਠੀ ਲੱਗਦੀ ਹੈ, ਚੰਗੀ ਲੱਗਦੀ ਹੈ। ਮਾਇਆ ਲਫ਼ਜ਼ ਨੂੰ ਕੋਈ ਤਿਆਗਣਾ ਨਹੀਂ ਚਾਹੁੰਦਾ। ਹੁਣ ਇੱਥੇ ਜਿਹੜੀ ਚੀਜ਼ ਸਮਝਣ ਵਾਲੀ ਹੈ, ਉਹ ਅਸੀਂ ਦੋ ਸਮਾਗਮਾਂ ਵਿੱਚ ਸਮਝਣੀ ਹੈ। ਆਖਰ ਉਹ ਚੀਜ਼ ਕੀ? ਇਹ ਤਾਂ ਕਹਿ ਦਿੱਤਾ ਕਿ ਮਾਇਆ ਮੋਹਣੀ ਹੈ, ਮੋਹ ਲੈਂਦੀ ਹੈ, ਆਪਣਾ ਬਣਾ ਲੈਂਦੀ ਹੈ, ਆਪਣੀ ਗ੍ਰਿਪ ਵਿੱਚ ਲੈ ਲੈਂਦੀ ਹੈ। ਉਹਨੂੰ ਮਨੁੱਖ ਮਿੱਠਾ ਸਮਝਣ ਲੱਗ ਪੈਂਦਾ, ਉਹਦੀ ਗਲੋਕੜੀ ਵਿੱਚ, ਉਹਦੀ ਗ੍ਰਿਪ ਵਿੱਚ ਆ ਕੇ ਮਨੁੱਖ ਖੁਸ਼ੀ ਪ੍ਰਤੀਤ ਕਰ ਰਿਹਾ। ਉਹ ਲੁੱਟ ਰਹੀ ਹੁੰਦੀ ਹੈ, ਉਹ ਖੁਸ਼ੀ ਪ੍ਰਤੀਤ ਕਰ ਰਿਹਾ ਹੁੰਦਾ ਵੀ ਬੜਾ ਚੰਗਾ। ਇੰਨੀ ਗੱਲ ਬੜੀ ਪ੍ਰਚਲਿਤ ਹੈ। ਤੇ ਹੁਣ ਉਹਦੀ ਗ੍ਰਿਪ ਵਿੱਚ ਆਉਣ ਵਾਲੀ ਜਦੋਂ ਰਿਸ਼ ਦੇਣ ਲੱਗੇ ਬਾਬਾ ਕਬੀਰ ਜੀ, ਉਹ ਜ਼ਰਾ ਸਾਡੇ ਵਿਚਾਰਨ ਵਾਲੇ, ਉੱਥੇ ਸਾਨੂੰ ਪਤਾ ਲੱਗੇਗਾ ਕਿ ਹੁਣ ਤੱਕ ਅਸੀਂ ਮਾਇਆ ਕਿਹਨੂੰ ਸਮਝ ਰਹੇ ਹਾਂ? ਅਸੀਂ ਧਨ ਦੌਲਤ ਸੰਪਦਾ ਨੂੰ ਆਮ ਕਰਕੇ ਮਾਇਆ ਕਹਿੰਦੇ ਰਹੇ। ਹੁਣ ਬਾਬਾ ਕਬੀਰ ਜੀ ਦਾ ਸ਼ਬਦ ਨੂੰ ਸ਼ੁਰੂ ਕਰੀਏ ਤੇ ਵੇਖੀਏ ਬਾਬਾ ਕਬੀਰ ਜਿਹੜੇ ਮਾਇਆ ਦੇ ਜਾਲ ਵਿੱਚ ਫਸੇ ਨੇ ਉਹਨਾਂ ਦੀ ਇੱਕ ਲਿਸਟ ਦਿੰਦੇ ਨੇ। ਉਹਨੇ ਕੋਈ ਬੈਂਕ ਬੈਲੈਂਸ ਬਣਾਏ ਹੋਏ ਨੇ, ਉਹ ਕੋਈ ਦੁਨੀਆਂ ਕੋਲੋਂ ਪੈਸਾ ਮੰਗਦੀ, ਕਿਤੋਂ ਦੌਲਤ ਇਕੱਠੀ ਕਰਦੀ, ਉਹਨੇ ਕੋਈ ਆਪਣੀ ਜਾਇਦਾਦ ਸੰਪਦਾ ਬਣਾਈ ਹੋਈ। ਪਰ ਬਾਬਾ ਕਬੀਰ ਨੇ ਸਭ ਤੋਂ ਪਹਿਲਾਂ ਨਾ ਹੀ ਹੁੰਦਾ ਲੈ ਦਿੱਤਾ, ਕਿਹਾ ਹੀ ਮੈਨੂੰ ਜਲ ਮੈਂ ਮੀ ਜਿਹੜਾ ਆਰ ਪਾਰ ਹੋ ਜਾਏ। ਕਹਿਣ ਲੱਗੇ ਜਲ ਦੇ ਵਿੱਚ ਰਹਿਣ ਵਾਲੀ ਮੱਛੀ ਮਾਇਆ ਵਿੱਚ ਫਸੀ ਹੋਈ ਹੈ।
ਪਤੰਗਾ ਜਿਹੜਾ ਦੀਪਕ ਤੇ ਜਾਨ ਦੇ ਰਿਹਾ, ਅਸੀਂ ਤਾਂ ਉਹਨੂੰ ਕੁਰਬਾਨੀ ਆਖਦੇ ਹਾਂ। ਕਿਸੇ ਤੇ ਕੁਰਬਾਨੀ, ਧਰਮ ਤੇ ਕੁਰਬਾਨੀ ਦੇਣ ਵਾਲੇ, ਕਿਸੇ ਜੀਵ ਵਸਤੂ ਤੇ ਕੁਰਬਾਨੀ ਦੇਣ ਵਾਲੇ ਨੂੰ ਲੋਕ ਕਹਿੰਦੇ ਨੇ ਪ੍ਰਵਾਨੇ ਵਾਂਗੂ ਆਪਣੀ ਜਾਨ ਵਾਰਗੇ। ਬਦਲੇ ਵਿੱਚ ਕੁਝ ਨਹੀਂ ਮੰਗਦਾ, ਉਹਨੇ ਆਪਣੀ ਕੋਈ ਜਾਇਦਾਦ ਨਹੀਂ ਬਣਾਈ, ਕੋਈ ਸੰਪਦਾ ਨਹੀਂ ਬਣਾਈ, ਕੇਵਲ ਜਾਨ ਕੁਰਬਾਨ ਕਰ ਲਈ। ਇੱਥੇ ਦੂਜਾ ਨਾਂ ਹੀ ਉਹਦਾ ਲਿਖ ਦਿੱਤਾ, ਉਹ ਵੀ ਮਾਇਆ ਵਿੱਚ ਬੁੱਝੇ ਹੋਏ ਕਹਿਣ ਲੱਗੇ। ਜਲ ਮੈਂ ਮੀਨ ਮਾਇਆ ਕੇ ਬੇਧੇ, ਦੀਪਕ ਪਤੰਗ ਮਾਇਆ ਕੇ ਛੇਦੇ, ਕਾਮ ਮਾਇਆ ਕੁਲੁਚ ਮਾਇਆ ਹੋ ਗਈ। ਜਰਾ ਯਾਦ ਰੱਖਿਓ, ਆਪਾਂ ਇਹਦਾ ਰਿਜ਼ਲਟ ਆਪਾਂ ਨੂੰ ਸਵੇਰ ਦੇ ਸਮਾਗਮ ਵਿੱਚ ਮਿਲ ਰਿਹਾ ਹੈ, ਪਰ ਪਿਛਲੀ ਸਾਨੂੰ ਲੜੀ ਚੇਤਾ ਹੋ ਗਈ। ਕਹਿਣ ਲੱਗੇ ਕਾਮ ਮਾਇਆ ਕੁੰਚਰ ਕੋ ਵਿਆਪੇ, ਕਾਮ ਦਾ ਰੂਪ ਧਾਰਨ ਕਰਕੇ ਮਾਇਆ ਕੁੰਚਰ ਨੂੰ ਵਿਆਪੀ, ਪਾਣੀ ਦਾ ਰੂਪ ਧਾਰਨ ਕਰਕੇ ਮੱਛੀ ਨੂੰ ਵਿਆਪੀ, ਦੀਪਕ ਦੀ ਰੋਸ਼ਨੀ ਚਕਾਚੌਂਦਰ ਨੂੰ ਰੂਪ ਧਾਰਨ ਕਰਕੇ ਪਤੰਗੇ ਨੂੰ ਪਰਵਾਨੇ ਨੂੰ ਵਿਆਪੀ, ਕਾਮ ਦਾ ਰੂਪ ਧਾਰਨ ਕਰਕੇ ਹਾਥੀ ਨੂੰ ਵਿਆਪੀ, ਕੁੰਚਰ ਨੂੰ ਵਿਆਪੀ, ਕੁੰਚਰ ਨਾਲ ਹਾਥੀ ਦਾ। ਕਹਿਣ ਲੱਗੇ ਕਿਹੜੀ ਸ਼ੱਕਰ ਦਾ ਰੂਪ ਧਾਰਨ ਕਰਕੇ, ਮਿੱਠੀ ਜੀਵ ਗੱਲ ਹੈ, ਪਹਿਲੇ ਕਹਿੰਦੇ ਨੇ ਵਿਅੰਗਮ ਸੱਪ, ਜ਼ਹਿਰ ਦਾ ਰੂਪ ਧਾਰਨ ਕਰਕੇ ਭਿਅੰਗਮ ਨੂੰ ਸੱਪ ਨੂੰ ਵਿਆਪ ਗਏ, ਕਿਉਂਕਿ ਜਿੰਨਾ ਵੀ ਉਹਨੂੰ ਖਤਰਾ, ਜਿੰਨੇ ਵੀ ਲੋਕ ਉਹਦੇ ਦੁਸ਼ਮਣ ਨੇ, ਕੇਵਲ ਇਸ ਲਈ ਉਹਦੇ ਕੋਲ ਜ਼ਹਿਰ ਹੈ, ਜ਼ਹਿਰ ਦਾ ਰੂਪ ਧਾਰਨ ਕਰਕੇ ਵਿਆਪ ਗਈ ਸੱਪ ਨੂੰ, ਖੁਸ਼ਬੂ ਦਾ ਰੂਪ ਧਾਰਨ ਕਰਕੇ, ਕਿੱਡੇ ਕਿੱਡੇ ਰੂਪ ਧਾਰਨ, ਖੂਬਸੂਰਤ ਰੂਪ ਨੇ। ਔਰ ਇਹ ਗੱਲ ਕਰਸੂਰੇ ਬਾਬਾ ਕੋਈ ਵੀ ਆਖਣ ਤੇ ਪੂਰਾ ਸਪਸ਼ਟ ਕਰਨ ਕਹਿਣ ਲੱਗੇ, ਖੁਸ਼ਬੂ ਕਿੱਡਾ ਖੂਬਸੂਰਤ ਰੂਪ ਹੈ, ਪਰ ਖੂਬਸੂਰਤ ਖੁਸ਼ਬੂ ਦਾ ਰੂਪ ਧਾਰਨ ਕਰਕੇ ਪ੍ਰਿੰਗ ਭਾਵ ਭਵਰੇ ਨੂੰ ਵਾਪ ਵਿਆਪ ਗਏ, ਉਹਨੇ ਉੱਥੇ ਜਾਣ ਦਿੱਤੀ। ਕਹਿਣ ਲੱਗੇ ਅੰਗ ਬ੍ਰਿੰਗ ਮਾਇਆ ਮੈਂ ਖਾਪੇ, ਉੱਥੇ ਖਾ ਗਏ, ਖਤਮ ਹੋ ਗਏ। ਹੁਣ ਦੇਖੋ ਅਜੀਬ ਗੱਲ ਹੈ, ਮੱਛੀ ਪਾਣੀ ਬਿਨਾਂ ਮਰ ਰਹੀ ਹੈ, ਪਰ ਫਿਰ ਵੀ ਪਾਣੀ ਹੁੰਦਾ ਜੀਵਨ, ਮੌਤ ਨੂੰ ਪਾਣੀ ਕਰਦੀ ਹੈ, ਕਾਰਨ ਕਾਰਨ ਤਾਂ ਪਾਣੀ ਹੈ ਨਾ ਜੀ, ਪਾਣੀ ਤੋਂ ਵਿਛੜ ਕੇ ਮਰੇਗੀ। ਕਿੱਡੀ ਅਜੀਬ ਗੱਲ ਹੈ, ਜਿਹਨੂੰ ਪਤਾ ਹੈ ਕਿ ਇਸੇ ਦਾ ਵਿਛੋੜਾ ਹੀ ਕੱਲ੍ਹ ਮੇਰੀ ਮੌਤ ਦਾ ਕਾਰਨ ਬਣਨਾ ਹੈ, ਉਹ ਪਹਿਲਾਂ ਹੀ ਉਹਦਾ ਸਾਥ ਹੌਲੀ ਉਹਦੀ ਛੱਡ ਦੇ, ਬਿਲਕੁਲ ਨਹੀਂ ਛੱਡ। ਮਾਇਆ ਚੰਗੀ ਲੱਗਦੀ, ਮੱਛੀ ਪਾਣੀ ਦੇ ਵਿੱਚ ਰਹਿੰਦੀ ਹੋਈ ਪਾਣੀ ਬਿਨਾਂ ਹੀ ਮਰ ਰਹੀ ਹੈ, ਪ੍ਰਵਾਨਾ ਪਤੰਗੇ ਦੀ ਰੋਸ਼ਨੀ ਅੱਗ ਲਾਟ ਦੇਖ ਕੇ ਉਹਦੇ ਪਿੱਛੇ ਹੀ ਮਰ ਰਿਹਾ। ਕਾਮ ਮਾਇਆ ਕੁੰਚਰ ਕੋ ਵਿਆਪੇ, ਉਸ ਮਾਇਆ ਦੇ ਲਾਲਚ ਵਿੱਚ ਉਸ ਸਾਰੇ ਕਰਤੱਵ ਪਿੱਛੇ ਕੁੰਚਰ ਆਪਣਾ ਹਾਥੀ ਇਹਦਾ ਬਲਵਾਨ ਹੋਣ ਦੇ ਬਾਵਜੂਦ ਹਮੇਸ਼ਾ ਲਈ ਕੁੰਡੇ ਦੇ ਥੱਲੇ ਆ ਜਾਂਦਾ, ਮਹਾਵਤ ਦੇ ਥੱਲੇ। ਭਿਅੰਗਮ ਸਰਪ ਨੂੰ ਪਤਾ ਹੋਵੇ ਕਿ ਤੂੰ, ਤੈਨੂੰ ਲੋਕ ਦੁਸ਼ਮਣ ਨੇ, ਤੈਨੂੰ ਜੇ ਕੋਈ ਖਤਰਾ ਹੈ ਤਾਂ ਉਹ ਜ਼ਹਿਰ ਕਰਕੇ ਹੈ, ਤੇ ਜ਼ਹਿਰ ਹੀ ਛੱਡ ਦੇ, ਪਰ ਸਭ ਜ਼ਹਿਰ ਨਹੀਂ ਛੱਡ ਸਕਦਾ, ਗੁਰੂ ਨੇ ਬਣੀ ਵੀ ਛੱਡ ਦਿੱਤਾ।
ਕਹਿ ਲੱਗੇ ਸਾਪ ਕੁੰਝ ਛੋੜੇ, ਸਾਪ ਕੁੰਝ ਤੇ ਲਾ ਦਿੰਦਾ ਜਿਹੜੀ ਉੱਪਰ ਹੁੰਦੇ ਹੁੰਦੇ ਬਦਲਦਾ ਰਹਿੰਦਾ। ਲੋਕ ਕਹਿੰਦੇ ਨੇ 3 ਮਹੀਨੇ ਬਾਅਦ 4 ਮਹੀਨੇ ਬਾਅਦ ਸਾਪ ਕੁੰਝ ਬਦਲਦਾ ਛੱਡ ਦਿੰਦਾ। ਗੁਰੂ ਦੇ ਬਾਣੀ ਵਿਚਾਰ ਦਿੱਤਾ, ਕਹਿਣ ਲੱਗੇ ਸਾਪ ਕੁੰਝ ਛੋੜੇ ਵਿਖ ਨਹੀਂ ਛੱਡਦੇ, ਜ਼ਹਿਰ ਨਹੀਂ ਛੱਡਣਾ। ਜ਼ਹਿਰ ਕਰਕੇ ਹੀ ਉਹਨੂੰ ਖਤਰਾ ਹੈ, ਜ਼ਹਿਰ ਛੱਡਦੇ ਵੀ ਕੋਈ ਖਤਰਾ ਨਹੀਂ, ਪਰ ਜ਼ਹਿਰ ਨਹੀਂ ਛੱਡਣਾ। ਬਾਬਾ ਕਬੀਰ ਜੀ ਨੇ ਹੈਰਾਨ ਕਰ ਦਿੱਤਾ ਜਦੋਂ ਲੰਬੀ ਲਿਸਟ ਦਿੱਤੀ। ਕਹਿਣ ਲੱਗੇ ਪ੍ਰਿੰਗਮ ਪ੍ਰਿੰਗ ਭਗਰਾ, ਉਹਨੂੰ ਪਤਾ ਸ਼ਾਮਾਂ ਨੂੰ ਸੂਰਜ ਜਿਹੜਾ ਅਜੀਬ ਘਟਨਾ ਇਹ ਹੈ, ਜਿਹੜਾ ਭਗਰਾ ਹੈ ਉਹ ਕਮਲ ਫੁੱਲ ਨਾਲ ਪ੍ਰੀਤ ਕਰ ਰਿਹਾ ਤੇ ਕਮਲ ਫੁੱਲ ਉਹਦੇ ਨਾਲ ਪ੍ਰੀਤ ਨਹੀਂ ਕਰ ਰਿਹਾ, ਕਮਲ ਫੁੱਲ ਜਿਹੜਾ ਹੈ ਉਹ ਸੂਰਜ ਨਾਲ ਪ੍ਰੀਤ ਕਰ ਰਿਹਾ, ਦੋਵੇਂ ਵੱਖ ਵੱਖ ਮੂੰਹ ਨੇ। ਉਹ ਤੇ ਸੂਰਜ ਨਾਲ ਜੁੜਿਆ ਹੋਇਆ, ਸੂਰਜ ਨੇ ਛੁਪਣਾ ਤੇ ਉਹਨੇ ਬੰਦ ਹੋ ਜਾਣਾ, ਪਰ ਭਵਰਾ ਇਹ ਨਹੀਂ ਸੋਚਦਾ ਵੀ ਇਹਦੀ ਪ੍ਰੀਤ ਤਾਂ ਮੇਰੇ ਨਾਲ ਹੈ ਨਹੀਂ, ਮੈਂ ਇਹਦੇ ਵਿੱਚ ਸ਼ਾਮਾਂ ਨੂੰ ਮਰ ਜਾਵਾਂਗਾ ਬੰਦ ਹੋ ਕੇ, ਨਹੀਂ ਬਿਲਕੁਲ ਨਹੀਂ। ਕਹਿੰਦੇ ਨੇ ਸਪਸ਼ਟ ਕਰਨਾ ਚਾਹੁੰਦੇ ਨੇ ਕਿ ਆਖਰ ਮਾਇਆ ਹੈ ਕਿ ਇਹ ਜਿਹੜਾ ਸਵਾਲੀਆ ਜਿਹਾ ਫਿਕਰਾ ਬਣਿਆ ਹੋਇਆ ਦੁਨੀਆਂ ਦੇ ਸਾਹਮਣੇ ਅੱਜ ਤੱਕ ਬਣਿਆ ਹੋਇਆ ਧਰਮ ਦੇ ਖੇਤਰ ਵਿੱਚ, ਅਸੀਂ ਨੂੰ ਬਾਬਾ ਕਬੀਰ ਜੀ ਦੇ ਇੱਕੋ ਸ਼ਬਦ ਤੋਂ ਸਮਝ ਸਕਦੇ। ਕਹਿਣ ਲੱਗੇ ਵਿੱਚ ਆਏ ਹੋਏ ਨੇ। ਡੈਕਾਈ ਦਾ ਮਤਲਬ ਹੁੰਦਾ ਡੈਕ ਜਾਣਾ, ਧੋਖੇ ਵਿੱਚ ਆ ਜਾਣਾ। ਜਿੰਨੇ ਵੀ ਸੰਸਾਰ ਦੇ ਜੀਵ ਨੇ ਉਹ ਸਾਰੇ ਹੀ ਇਹਦੇ ਧੋਖੇ ਵਿੱਚ ਆਏ ਹੋਏ ਨੇ। ਜਾਲ ਪਸਾਰ ਚੋਗ ਵਿਸਥਾਰੀ ਪੰਖੀ ਜਿਉ ਫਹਾਵਤ ਹੈ, ਪੰਖੀ ਫਸ ਰਹੇ ਉਸ ਚੋਗੇ ਤੋਂ ਕਦੀ ਸੁਚੇਤ ਹੁੰਦਾ ਜਿੱਥੇ ਉਹਨੂੰ ਚੋਗਾ ਦਿਸਿਆ ਜਾਵੇ, ਉਹਨੂੰ ਇਹ ਭੁੱਲ ਜਾਂਦਾ ਕਿ ਮੇਰੇ ਸਾਥੀ ਮੇਰੇ ਪਰਿਵਾਰ ਦੇ ਜੀ ਮੇਰੇ ਦੇਖਦਿਆਂ ਦੇਖਦਿਆਂ ਜਾਲ ਵਿੱਚ ਫਸ ਗਏ। ਪੰਖੀ ਜਿਹੜਾ ਉਹ ਵੀ ਇਸ ਮਾਇਆ ਦੇ ਬਦਲਵੇਂ ਰੂਪ ਵਿੱਚ, ਜਿਹਨੂੰ ਭੁੱਖ ਆਖਦੇ ਨੇ ਇਹ ਵੀ ਮਾਇਆ ਦਾ ਰੂਪ ਹੈ, ਇਸ ਬਦਲਵੇਂ ਰੂਪ ਵਿੱਚ ਫਸ ਜਾਂਦਾ। ਮਿਰਗ ਉਹਨਾਂ ਦਾ ਵੀ ਕਾਰਨ ਇਹੋ ਹੈ, ਭਾਵੇਂ ਪਾਣੀ ਲਈ, ਭਾਵੇਂ ਖੁਰਾਕ ਲਈ, ਭਾਵੇਂ ਕੰਡੇ ਹੈਗੇ ਦੀ ਆਵਾਜ਼ ਲਈ, ਹਰ ਇੱਕ ਚੀਜ਼ ਦੀ ਕੋਈ ਆਪਣੀ ਲੋੜ ਪੈਦਾ ਹੋਵੇਗੀ। ਜਿਉਂਦੇ ਬਾਬਾ ਕਬੀਰ ਜੀ ਕਿੱਥੇ ਕਹਿ ਕਿ ਹਰ ਜੀਵ ਦੀ ਕੋਈ ਨਾ ਕੋਈ ਲੋੜ ਪੈਦਾ ਹੋ ਗਈ ਹੈ, ਉਹ ਲੋੜ ਹੀ ਉਹਦੀ ਫਾਈ ਹੈ, ਕਿਉਂਕਿ ਮਨੁੱਖ ਗੁਲਾਮ ਜਿਹੜਾ ਹੁੰਦਾ ਉਹ ਲੋੜ ਵਾਲਾ ਭੁੱਖ ਵਾਲਾ ਹੁੰਦਾ, ਭੁੱਖ ਵਾਲਾ ਹੀ ਗੁਲਾਮ ਹੁੰਦਾ। ਜਿਉਂ ਮੈਂ ਇੱਕ ਵਾਰ ਕੀਤੀ ਸੀ, ਇਹੋ ਕਾਰਨ ਹੈ
ਗੁਰੂ ਨੇ ਸਿੱਖ ਨੂੰ ਆਖਿਆ ਵੀ ਜੇ ਤੈਨੂੰ ਮੈਂ ਗੁਲਾਮੀ ਦੀਆਂ ਜ਼ੰਜੀਰਾਂ ਕੱਟ ਕੇ ਆਜ਼ਾਦੀ ਦਾ ਜੀਵਨ ਦੇਣਾ, ਤੇਰਾ ਮਨ ਆਜ਼ਾਦ ਨਿਰਮਲ ਨਿਰੋਲ ਹੋਵੇ ਤਾਂ ਬਹੁਤ ਜ਼ਰੂਰੀ ਹੈ ਤੇਰੀ ਭੁੱਖ ਮਿਟ ਜਾਏ, ਨਹੀਂ ਤਾਂ ਤੂੰ ਗੁਲਾਮ ਰਹੇਗਾ। ਪਤਾ ਨਹੀਂ ਕਿਸ ਰੂਪ ਵਿੱਚ ਤੈਨੂੰ ਗੁਲਾਮ ਕਰ ਲਿਆ ਜਾਣਾ ਹੈ। ਇਸ ਲਈ ਲਫ਼ਜ਼ ਬਾਣੀ ਦੇ ਵਿੱਚ ਕਹਿਤਾ ਗੁਰੂ ਸਿੱਖਾਂ ਕੀ ਭੁੱਖ ਸਭ ਗਈ, ਜਿਹਨਾਂ ਭੇਟਿਆ ਮੇਰਾ ਪੂਰਾ ਸਤਿਗੁਰੂ ਤਿੰਨ ਹਰਨਾਮ ਦੜਾਵੇ ਰਾਮ ਰਾਜ ਤਿਸ ਕੀ ਤ੍ਰਿਸ਼ਨਾ ਭੁੱਖ ਸਭ ਉਤਰੇ, ਪਹਿਲਾਂ ਭੁੱਖ ਮਿਟਾਉਂਦਾ। ਕਿਉਂਕਿ ਹਰ ਜੀਵ ਨੂੰ ਕੋਈ ਨਾ ਕੋਈ ਭੁੱਖ ਲੱਗੀ ਹੋਈ ਹੈ, ਉਹਦੇ ਨਾਲ ਕੋਈ ਨਾ ਕੋਈ ਲੋੜ ਜੁੜ ਗਈ ਹੈ। ਉਹ ਜਿਹੜੀ ਜੁੜੀ ਹੋਈ ਲੋੜ ਹੈ ਨਾ, ਉਹ ਉਸਨੂੰ ਕਿਸੇ ਵੀ ਮੋੜ 'ਤੇ ਜਾ ਕੇ ਗੁਲਾਮ ਕਰ ਦਿੰਦੀ ਹੈ। ਉਹਦੀ ਮੌਤ ਦਾ ਕਾਰਨ ਭਾਵੇਂ ਉਹ ਜ਼ਮੀਰ ਦੀ ਮੌਤ ਮਰ ਜਾਏ, ਭਾਵੇਂ ਸਰੀਰ ਦੀ ਮੌਤ ਮਰ ਜਾਏ, ਅਨੇਕਾਂ ਜ਼ਮੀਰ ਦੀ ਮੌਤ ਮਰ ਜਾਂਦੇ ਨੇ, ਉਹ ਵੀ ਕਿਸੇ ਲੋੜ ਨੂੰ ਸਾਹਮਣੇ ਰੱਖ ਕੇ। ਅਸੀਂ ਰੋਜ਼ ਦੇਖ ਰਹੇ ਹਾਂ ਜ਼ਮੀਰ ਦੀ ਮੌਤ 'ਤੇ ਮਰੇ ਹੋਏ ਲੋਕਾਂ ਨੂੰ ਅੱਖਾਂ ਸਾਹਮਣੇ ਦੇਖ ਰਹੇ ਹਾਂ, ਕਿਸੇ ਲੋੜ ਵਿੱਚ ਹੀ ਨਾ, ਭਾਵੇਂ ਲੋੜ ਪਦਵੀ ਦੀ ਹੋਵੇ, ਭਾਵੇਂ ਉਹ ਲੋੜ ਦੌਲਤ ਦੀ ਹੋਵੇ, ਭਾਵੇਂ ਲੋੜ ਸਿਆਸਤ ਦੀ ਹੋਵੇ, ਕੋਈ ਨਾ ਕੋਈ ਲੋੜ ਹੈ ਜਿਹੜੀ ਮਨੁੱਖ ਨੂੰ ਸਰੀਰ ਕਰਕੇ ਵੀ ਜ਼ਮੀਰ ਕਰਕੇ ਵੀ ਬਰਬਾਦੀ ਦਾ ਕਾਰਨ ਬਣਦੀ। ਤੇ ਉਸੇ ਬਦਲਵੇਂ ਰੂਪ ਵਿੱਚ ਮਿਲੀ ਹੋਈ ਜੁੜੀ ਹੋਈ ਲੋੜ ਦਾ ਨਾਮ ਬਾਬਾ ਕਬੀਰ ਕਹਿੰਦੇ ਨੇ ਇੱਕ ਮਾਇਆ ਹੈ, ਜਿਹੜੀ ਬੜੀ ਚੰਗੀ ਲੱਗਦੀ। ਜਦੋਂ ਕਿਸੇ ਦੀ ਲੋੜ ਪੂਰੀ ਹੁੰਦੀ ਹੈ ਨਾ, ਉਹ ਬੜਾ ਚੰਗਾ ਲੱਗਦਾ। ਅਸੀਂ ਰੋਜ਼ ਸਵੇਰੇ ਆਪਾਂ ਨੂੰ ਖੁੱਲ੍ਹ ਕੇ ਵਿਚਾਰ ਕਰਾਂ, ਅਸੀਂ ਰੋਜ਼ ਅੱਖਾਂ ਨਾਲ ਦੇਖ ਰਹੇ ਹਾਂ, ਜਿਸ ਲੋੜ ਦੀ ਪੂਰਤੀ ਲਈ ਜਿਸ ਲਈ ਗੁਲਾਮ ਹੋਇਆ ਤੇ ਉਹ ਲੋੜ ਉਹਦੀ ਮੌਤ ਬਣ ਕੇ ਉਹਦੇ ਸਾਹਮਣੇ ਖੜੀ, ਪਰ ਉਹ ਛੱਡ ਨਹੀਂ ਰਿਹਾ, ਤਿਆਗ ਨਹੀਂ ਰਿਹਾ। ਕਿਸੇ ਦਾ ਨਾਮ ਆਇਆ ਬਾਬਾ ਕਬੀਰ ਜੀ ਨੇ ਕਿਹਾ, ਗੁਰਬਾਣੀ ਦੀ ਤੁਕ ਕਹਿਣ ਲੱਗੇ ਮੱਖੀ ਮਿੱਠੇ ਮਰਨਾ। ਦੁਨੀਆਂ ਦੇ ਲੋਕ ਮਿੱਠਾ ਬੜਾ ਚੰਗਾ ਸਮਝਦੇ ਨੇ, ਮੱਖੀ ਵੀ ਚੰਗਾ ਸਮਝਦੀ, ਕੋਈ ਨਵੀਂ ਗੱਲ ਹੈ? ਪਰ ਮੱਖੀ ਦੀ ਮੌਤ ਜਿਹੜੀ ਹੈ ਉਹ ਮਿੱਠੇ ਤੇ ਹੀ ਹੈ, ਮਿੱਠੇ ਮਰਨਾ। ਪਰ ਕੀ ਮੱਖੀ ਮਿੱਠਾ ਛੱਡ ਗਈ? ਕਹਿਣ ਲੱਗੇ ਇਹੋ ਗੱਲ ਸਮਝਣ ਵਾਲੀ, ਸੰਤਾਪ ਦੁੱਖ ਜਿਹੜਾ ਹੈ, ਕਲੇਸ਼ ਤੇ ਪਰੇਸ਼ਾਨੀ ਜਿਹੜੀ ਹੈ ਉਹ ਮੱਖੀ ਲਈ ਸ਼ੱਕਰ ਹੈ ਜਿਹੜੀ ਮਿੱਠੀ ਹੈ। ਸ਼ੱਕਰ ਮੱਖੀ ਅਦਕ ਸੰਤਾਪੇ ਤੁਰੇ ਉਸ਼ਤ ਮਾਇਆ ਮੈਂ ਵੇਲੇ। ਕਹਿਣ ਲੱਗੇ ਮੈਂ ਦੇਖਦਾ ਕਿ ਉਹ ਐਡੇ ਐਡੇ ਚੰਚਲ ਬਲਵਾਨ ਸ਼ਕਤੀਸ਼ਾਲੀ ਘੋੜੇ ਉੱਠ, ਜੇ ਮਨੁੱਖ ਚਾਹੇ ਇਹਨਾਂ ਨੂੰ ਮੈਂ ਆਪਣੇ ਕਬਜ਼ੇ ਵਿੱਚ ਕਰ ਲਵਾਂ, ਕੰਟਰੋਲ ਕਰ ਲਵਾਂ, ਅਤੇ ਜਦੋਂ ਕਦੀ ਇਹ ਕੰਟਰੋਲ ਤੋਂ ਬਾਹਰ ਹੋ ਜਾਣਾ ਉਦੋਂ ਵੇਖੋ ਮਨੁੱਖ ਦੀ ਹਾਲਤ ਕੀ ਹੁੰਦੀ। ਪਰ ਕਿਸੇ ਆਪਣੀ ਲੋੜ ਪਿੱਛੇ ਇਹੋ ਜਿਹਾ ਖਾਣਾ, ਇਹੋ ਜਿਹੀ ਚੋਗ, ਇਹੋ ਜਿਹਾ ਰਿਹਾਇਸ਼ ਰਹਿਣਾ, ਉਹ ਦੇ ਕੇ ਮਨੁੱਖ ਨੂੰ ਉਸੇ ਭੁਲੇਖੇ ਵਿੱਚ ਪਾ ਕੇ ਇਹਨਾਂ ਵੱਡੇ ਵੱਡੇ ਸ਼ਕਤੀਸ਼ਾਲੀ ਜਿਹੜੇ ਜੀਵ ਨੇ ਉਹਨਾਂ ਨੂੰ ਵੀ ਇਸਨੇ ਆਪਣੀ ਮੁੱਠੀ ਵਿੱਚ ਕੀਤਾ ਹੋਇਆ। ਪਰ ਦੇਖਣਾ ਇਹ ਹੈ ਜਿਹੜਾ ਮੁੱਠੀ ਵਿੱਚ ਕੀਤਾ ਹੈ ਉਹਦੇ ਪਿੱਛੇ ਲੋੜ ਕਿੰਦੀ ਖੜੀ, ਕਿਹੜੀ ਚੀਜ਼ ਦੀ ਖੜੀ, ਤੇ ਉਹ ਲੋੜ ਦਾ ਨਾਮ ਆਇਆ ਹੈ। ਹੁਣ ਲੰਬੀ ਲਿਸਟ ਦੇ ਕੇ ਅਖੀਰ ਤੇ ਫੈਸਲਾ ਬੜਾ ਖੂਬਸੂਰਤ ਦਿੱਤਾ ਨੇ, ਅਚਾਨਕ ਆਪਣੇ ਸਮਾਂ ਹੋ ਗਿਆ ਅੱਜ ਦੇ ਸ਼ਬਦ ਨੂੰ
ਰਹਾਉ ਦੀ ਤੁਕ ਸਮੇਤ ਦੋ ਪਦ ਹੋਏ ਤੇ ਤਿੰਨ ਪਦ ਆਪਾਂ ਸਵੇਰੇ ਵਿਚਾਰਾਂਗੇ ਤੇ ਅਖੀਰਲਾ ਰਿਜ਼ਲਟ ਬਾਬਾ ਕਬੀਰ ਜੀ ਨੇ ਕਮਾਲ ਕਰ ਦਿੱਤੀ ਹੈ, ਇੱਕ ਲਾਈਨ ਅੰਦਰ ਫੈਸਲਾ ਦੇ ਦਿੱਤਾ, ਸਮਝਾ ਦਿੱਤਾ ਕਿ ਅਸਲ ਵਿੱਚ ਇਹ ਸਾਰੇ ਜੀਵ ਜਿਹੜੇ ਨੇ ਮਾਇਆ ਵਿੱਚ ਫਸੇ ਹੋਏ ਨੇ ਤੇ ਉਹ ਮਾਇਆ ਕੀ ਕਹਿਣ ਲੱਗੇ ਮਾਇਆ ਐਸੀ ਸਾਰਿਆਂ ਨੂੰ ਹੀ ਇਸਨੇ ਧੋਖੇ ਵਿੱਚ ਪਾ ਲਿਆ, ਸਾਰਿਆਂ ਨੂੰ ਪਰਮਾ ਲਿਆ, ਸਾਰੇ ਇਹਦੇ ਵਿੱਚ ਭੁੱਲ ਗਏ ਨੇ, ਸਾਰੇ ਭੁਲੇਖੇ ਵਿੱਚ ਇਹਦੇ ਸਾਹਮਣੇ ਜਾਨ ਗੁਆ ਰਹੇ ਨੇ। ਅਸੀਂ ਇਹ ਸਮਝਣਾ ਵੀ ਆਖਰ ਫਿਰ ਇਹ ਕੀ ਹੈ, ਤਾਂ ਕਿ ਸਿਰਫ ਦੌਲਤ ਨੂੰ ਉਹਦੇ ਇੱਕ ਰੂਪ ਨੂੰ ਹੀ ਮਾਇਆ ਸਮਝ ਕੇ ਅਸੀਂ ਉਹਦੀ ਚਰਚਾ ਹੀ ਨਾ ਕਰਦੇ ਰਹੀਏ, ਉਹਦੇ ਬਾਕੀ ਰੂਪ ਵੀ ਪਛਾਣ ਸਕੀਏ, ਕਿਉਂਕਿ ਜਿੱਥੇ ਬਹੁਤੇ ਰੂਪ ਹੋਣ ਉੱਥੇ ਖਤਰਾ ਹੋਰ ਜ਼ਿਆਦਾ ਹੁੰਦਾ, ਕਿਉਂਕਿ ਪਤਾ ਨਹੀਂ ਅਗਲੇ ਪਲ ਉਹਨੇ ਕਿਸ ਰੂਪ ਵਿੱਚ ਆ ਜਾਣਾ, ਫਿਰ ਉਹਦੀ ਪਛਾਣ ਕਰਨੀ ਔਖੀ ਹੋ ਜਾਣੀ। ਇਸ ਲਈ ਜਿਹਦੇ ਬਹੁਤੇ ਰੂਪ ਹੋਣ ਨਾ ਉਹਦੀ ਪਛਾਣ ਬਹੁਤ ਜ਼ਰੂਰੀ ਹੁੰਦੀ, ਜਿਹਦਾ ਇੱਕ ਰੂਪ ਹੈ ਉਹਦੀ ਪਛਾਣ ਔਖੀ ਨਹੀਂ, ਮਨੁੱਖ ਇੱਕ ਵਾਰੀ ਪਛਾਣ ਕਰ ਲਏ, ਪਰ ਜਿਹਦੇ ਰੂਪ ਬਹੁਤੇ ਹੋਣ ਉਹਦੀ ਪਛਾਣ ਬਹੁਤ ਜ਼ਰੂਰੀ। ਆਪਾਂ ਸਵੇਰੇ ਬਾਬਾ ਕਬੀਰ ਜੀ ਦੇ ਸ਼ਬਦ ਦੀਆਂ ਅਗਲੀਆਂ ਤੁਕਾਂ ਅਗਲੀਆਂ ਲਾਈਨਾਂ ਦੀ ਵਿਚਾਰ ਕਰਕੇ ਉਹਦੇ ਵਿੱਚੋਂ ਲੱਭਣਾ ਹੈ ਕਿ ਬਾਬਾ ਕਬੀਰ ਜੀ ਨੇ ਸਾਨੂੰ ਕਿਵੇਂ ਜੀਵਨ ਲਈ ਸੁਚੇਤ ਕੀਤਾ ਹੈ, ਤਾਂ ਕਿ ਇਹਦੇ ਜਿਹੜੇ ਬਹੁਤੇ ਰੂਪ ਨੇ ਤੂੰ ਚੰਗੀ ਤਰ੍ਹਾਂ ਪਛਾਣ ਲੈ, ਫਿਕਰ ਨਾ ਰਹੇ, ਚਿੰਤਾ ਨਾ ਰਹੇ, ਇਹਨਾਂ ਸ਼ਬਦਾਂ ਨਾਲ ਕਮਾਉਂਦਾ ਜਾ ਚੁੱਕਾ ਅਤੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਕਲੀ ਮਹਲਾ ਤੀਜਾ ਆਨੰਦ ਕੀ ਓਂਕਾਰ ਸਤਿਗੁਰ ਪ੍ਰਸਾਦ ਆਨੰਦ।